ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਡੇ ਅਲੱਗ ਅਲੱਗ ਸੰਗਠਨ ਜਿੰਨੇ ਵੀ ਆ ਧਾਰਮਿਕ ਸੰਗਠਨ ਅਤੇ ਸਮਾਜਿਕ ਸੰਗਠਨਾਂ ਨੂੰ ਇੱਥੇ ਬੁਲਾਇਆ ਗਿਆ ਵਾ ਔਰ ਇਹ ਜਿਹੜੀ ਪ੍ਰੈਸ ਆ ਇਹ ਬੜੀ ਇੱਕ ਉਸ ਸ਼ਖਸ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਲੋਕ ਸਾਡੇ ਸਮਾਜ ਨੂੰ ਜਿਹੜਾ ਕੀੜੇ ਮਕੌੜੇ ਦੀ ਤਰ੍ਹਾਂ ਸਮਝਦੇ ਆ ਇਹ ਉਸ ਲੋਕਾਂ ਵਾਸਤੇ ਕੀਤੀ ਜਾ ਰਹੀ ਆ ਜਿਹੜੇ ਲੋਕ ਜਿਹੜੇ ਐਸੀ ਭਾਈਚਾਰੇ ਨੂੰ ਜਿਹੜੇ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਇਸ ਕਰਕੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਸੋ ਅੱਜ ਮੈਂ ਦੱਸਣ ਜਾ ਰਿਹਾ ਵਾਂ ਕਿ ਸਾਡੇ ਜਿਹੜੇ ਗੁਰਜੀਤ ਸਿੰਘ ਔਜਲਾ ਜੀ ਆ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਆਪਣੇ ਕਾਗਜ਼ ਭਰੇ ਔਰ ਅੱਜ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਹੈ ਅਸੀਂ ਇਹ ਚੀਜ਼ ਦਾ ਜਿਹੜਾ ਵਾ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਪਿਛਲੇ ਕੁਛ ਸਮੇਂ ਪਹਿਲਾਂ ਤੁਸੀਂ ਦਲਿਤ ਭਾਈਚਾਰੇ ਨੂੰ ਕਿਹਾ ਸੀ ਕਿ ਇਹ ਲੋਕ ਜਿਹੜਾ ਦਲਿਤ ਭਾਈਚਾਰਾ ਵਾ ਜਿਹੜਾ ਐਸੀ ਭਾਈਚਾਰਾ ਵਾ ਇਹ ਜਿਹੜੇ ਆ ਚੈਨੀ ਚੋਰ ਹੈਗੇ ਆ ਇਹ ਜਿਹੜਾ ਐਸੀ ਭਾਈਚਾਰਾ ਵਾ ਇਹ ਛੁਰੀਮਾਰ ਹੈਗਾ ਵਾ ਇਹ ਜਿਹੜਾ ਐਸੀ ਭਾਈਚਾਰਾ ਵਾ ਇਹ ਹੈਗਾ ਵਾ ਗੈਂਗਸਟਰ ਮੈਨੂੰ ਅੱਜ ਔਜਲਾ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਜਿਹੜੇ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਜੇ ਮੈਂਬਰ ਆਫ ਪਾਰਲੀਮੈਂਟ ਦੇ ਅੱਜ ਤੁਹਾਨੂੰ ਲੋੜ ਹੋ ਗਈ ਹੈ ਸਾਡੇ ਸਮਾਜ ਦੀ ਅੱਜ ਤੁਹਾਨੂੰ ਯਾਦ ਆ ਗਈ ਹੈ ਸਾਡੇ ਸਮਾਜ ਦੀ ਅੱਜ ਤੁਹਾਨੂੰ ਯਾਦ ਆ ਗਈ 6,743 ਜਾਤੀਆਂ ਦੀ ਜਿਹੜੇ ਤੁਸੀਂ ਲਗਾਤਾਰ ਸਾਡੇ ਸਮਾਜ ਨੂੰ ਇੰਨਾ ਘਟੀਆ ਨੀਤ ਦੇ ਨਾਲ ਵੇਖਦੇ ਜੇ ਇੰਨੀ ਘਟੀਆ ਸੋਚ ਦੇ ਨਾਲ ਤੁਸੀਂ ਸਾਡੇ ਸਮਾਜ ਨੂੰ ਦੇਖਦੇ ਜੇ ਅੱਜ ਤੁਹਾਨੂੰ ਅੱਜ ਵੋਟਾਂ ਲੈਣ ਵਾਸਤੇ ਜਿਹੜੇ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਦਲਿਤ ਭਾਈਚਾਰੇ ਨੂੰ ਜਿਹੜੀ ਤਾਕਤ ਦਿੱਤੀ ਆ ਅੱਜ ਉਹਨਾਂ ਲਈ ਵਾਸਤੇ ਤੁਸੀਂ ਗਲੀਆਂ ਗਲੀਆਂ 'ਚ ਘੁੰਮਦੇ ਪਏ ਜੇ ਇਲਾਕਿਆਂ ਇਲਾਕਿਆਂ ਦੇ ਵਿੱਚ ਮੀਟਿੰਗ ਕਰਦੇ ਪਏ ਜੇ ਅਤੇ ਮੈਂ ਔਜਲਾ ਸਾਹਿਬ ਨੂੰ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਅੱਜ ਤੁਹਾਨੂੰ ਜਿਹੜੀ ਲੋੜ ਪੈ ਗਈ ਸਾਡੇ ਸਮਾਜ ਦੀ ਅੱਜ ਉਹੀ ਸਮਾਜ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਤੁਸੀਂ ਜਾਣਾ ਵਾਂ ਉਹੀ ਸਮਾਜ ਐਸੀ ਭਾਈਚਾਰਾ ਵਾ ਜਿਨ੍ਹਾਂ ਲੋਕਾਂ ਕੋਲ ਅੱਜ ਤੁਸੀਂ ਵੋਟਾਂ ਮੰਗਣੀਆਂ ਵਾਂ ਅੱਜ ਉਹੀ ਦਲਿਤ ਭਾਈਚਾਰਾ ਵਾ ਜਿਨ੍ਹਾਂ ਕੋਲ ਤੁਸੀਂ ਵੋਟਾਂ ਮੰਗਣੀਆਂ ਵਾਂ ਇਹੋ ਹੀ ਗੱਲ ਕਿ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਤਾਂ ਸਾਡੇ ਸਮਾਜ ਦੀ ਤੁਸੀਂ ਭੀੜ ਇਕੱਠੀ ਕਰੋ ਅਤੇ ਜਦੋਂ ਸਾਨੂੰ ਲੋੜ ਹੋਵੇ ਤਾਂ ਸਾਡੇ ਵਾਰੀ ਤੁਸੀਂ ਕੋਠੀਆਂ ਦੇ ਵਿੱਚ ਨਾ ਹੋਵੋ ਆਪਣੇ ਦਫ਼ਤਰਾਂ 'ਚ ਨਾ ਹੋਵੋ ਉਦੋਂ ਤੁਹਾਡੇ ਹੀ ਪਰਿਵਾਰ ਤੁਹਾਡੇ ਹੀ ਅਫਸਰ ਲੋਕ ਕਹਿੰਦੇ ਨੇ ਕਿ ਇਹ ਲੋਕ ਜੇ ਸਾਡੇ ਜਿਹੜੇ ਆ ਅਫਸਰ ਉਹ ਇਸ ਟਾਈਮ ਚੰਡੀਗੜ੍ਹ ਆ ਜਾਂ ਦਿੱਲੀ ਦੇ ਵਿੱਚ ਬੈਠੇ ਆ ਅਤੇ ਮੈਂ ਆਪਣੇ ਸਮਾਜ ਨੂੰ ਇਸ ਪ੍ਰੈਸ ਰਾਹੀਂ ਦੱਸਣਾ ਚਾਹੁੰਦਾ ਵਾਂ ਕਿ ਕੁਛ ਟਾਈਮ ਪਹਿਲਾਂ ਇਹਨਾਂ ਨੇ ਅੱਜ ਤੋਂ 2-4 ਮਹੀਨੇ ਪਹਿਲਾਂ ਇੱਕ ਜਿਹੜੀ ਹੈ ਸਾਡੇ ਸਮਾਜ ਨੂੰ ਇੱਕ ਚੈਨੀ ਚੋਰ ਦੱਸਿਆ ਗਿਆ ਦਲਿਤ ਭਾਈਚਾਰੇ ਨੂੰ ਔਰ ਸਾਡੇ ਸਮਾਜ ਨੂੰ ਇਹਨਾਂ ਨੇ ਗੁੰਡਾ ਅਨਸਰ ਦੱਸਿਆ ਇਹ ਲੋਕ ਜਿਹੜੇ ਆ ਸਾਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਅਤੇ ਅਸੀਂ ਇਹਨਾਂ ਲੋਕਾਂ ਨੂੰ ਜਿਹੜਾ ਆਪਣੇ ਸਮਾਜ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਲੋਕਾਂ ਤੋਂ ਬਚੋ ਕਿਉਂ ਕਿ ਜਦੋਂ ਇਹਨਾਂ ਨੇ ਕੱਲ੍ਹ ਨੂੰ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤ ਲੈਣੇ ਆ ਜਦੋਂ ਇਹਨਾਂ ਨੇ ਆਪਣੀਆਂ ਸੀਟਾਂ 'ਤੇ ਬਹਿ ਜਾਣਾ ਵਾ ਫਿਰ ਉਸ ਤੋਂ ਬਾਅਦ ਤੁਹਾਨੂੰ ਫਿਰ ਇਹਨਾਂ ਨੇ ਚੈਨੀ ਚੋਰੀ ਬਣਾਉਣਾ ਵਾ ਅੱਜ ਉਹਨਾਂ ਹੀ ਘਰਾਂ ਦੇ ਵਿੱਚ ਇਹਨਾਂ ਨੇ ਜਾਣਾ ਵਾ ਜਿਨ੍ਹਾਂ ਘਰਾਂ ਦੇ ਵਿੱਚ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਜਿਹੜਾ ਥੱਬਾ ਲਾਇਆ ਵਾ ਅੱਜ ਤੁਸੀਂ ਦੇਖ ਸਕਦੇ ਜੇ ਕਿ ਕਿੱਡਾ ਵੱਡਾ ਨਸ਼ੇ ਦਾ ਗੜ੍ਹ ਆ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਹੀ ਸਮਾਜ ਦੇ ਵਿੱਚ ਜਾ ਕੇ ਦੇਖੋ ਤੁਸੀਂ ਸਾਡੇ ਹੀ ਸਮਾਜ ਦੇ ਵਿੱਚ ਜਿਹੜੇ ਆ ਨਸ਼ਿਆਂ ਦੇ ਜਿਹੜੇ ਵਪਾਰ ਆ ਜਿਹੜਾ ਨੇਰ ਵਗਦਾ ਪਿਆ ਸਾਡੇ ਹੀ ਇਲਾਕਿਆਂ ਦੇ ਵਿੱਚ ਜਦੋਂ ਤੁਸੀਂ ਸਾਡੇ ਦਲਿਤ ਭਾਈਚਾਰਿਆਂ ਦੇ ਮੁਹੱਲਿਆਂ 'ਚ ਜਾਂਦੇ ਜੇ ਠੇਕੇ ਉੱਥੇ ਬੀੜੀਆਂ ਸਿਗਟਾਂ ਦੇ ਉੱਥੇ ਖੋਖੇ ਸਾਡੇ ਇਲਾਕਿਆਂ ਦੇ ਵਿੱਚ ਜਿਹੜਾ ਨਸ਼ੇ ਦਾ ਵਪਾਰ ਜਿਹੜਾ ਲਗਾਤਾਰ ਹੁੰਦਾ ਵਾ ਇਹ ਕਿਹਦੀ ਬਦੌਲਤ ਆ ਇਹ ਕਿਹਦੀ ਦੇਣ ਆ ਇਹ ਉਹਨਾਂ ਲੋਕਾਂ ਦੀ ਦੇਣ ਆ ਜਿਹੜੇ ਕੁਰਸੀਆਂ 'ਤੇ ਬੈਠੇ ਆ ਲੋਕ
ਔਰ ਮਾਫੀ ਵੀ ਮੰਗੀ ਗਈ ਸੀ ਰਾਮਪੁਰ। ਦੇਖੋ ਜੀ, ਸਾਡੇ ਕੁਛ ਭੈਣ ਭਰਾਵਾਂ ਨੇ ਉਹਨਾਂ ਨੂੰ ਮਾਫੀ ਦਿੱਤੀ ਸੀ, ਠੀਕ ਹੈ ਜੀ, ਅਸੀਂ ਮੰਨਦੇ ਹਾਂ, ਮਗਰ ਅਸੀਂ ਇਸ ਚੀਜ਼ ਦੀ ਜਿਹੜੀ ਮਾਫੀ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਉਹਨਾਂ ਨੇ ਜਿਹੜੀ ਮਾਫੀ ਮੰਗ ਲਈ ਮਗਰ ਅਸੀਂ ਆਪਣੇ ਸਮਾਨ ਨੂੰ ਅਵੇਅਰ ਕਰਨਾ ਕਿ ਨਹੀਂ, ਅਸੀਂ ਆਪਣੀ ਕੌਮ ਨੂੰ ਜਾਗਰਤ ਕਰਨਾ ਕਿ ਨਹੀਂ ਕਿ ਜਿਹੜੇ ਮਨੂਵਾਦੀ ਲੋਕ ਆ, ਜਿਹੜੇ ਲੋਕ ਤੁਹਾਡੇ ਸਮਾਜ ਨੂੰ ਛੁਰੀ ਮਾਰ ਕਹਿੰਦੇ ਆ, ਜਿਹੜੇ ਲੋਕ ਤੁਹਾਡੇ ਸਮਾਜ ਨੂੰ ਗੁੰਡਾਂਸਰ ਕਹਿੰਦੇ ਆ, ਜਿਹੜੇ ਲੋਕ ਤੁਹਾਡੇ ਬੱਚਿਆਂ ਨੂੰ ਚੈਨੀ ਚੋਰ ਕਹਿੰਦੇ ਆ, ਉਹਨਾਂ ਲੋਕਾਂ ਤੋਂ ਵੱਲੋਂ ਅਸੀਂ ਆਪਣੇ ਸਮਾਜ ਨੂੰ ਅਵੇਅਰ ਕਰਦੇ ਪਏ ਹਾਂ ਕਿ ਇਹੋ ਜਿਹੇ ਲੋਕਾਂ ਦਾ ਜਿਹੜਾ ਖੈੜਾ ਛੱਡ ਕੇ ਅਸੀਂ ਆਪਣੇ ਹੀ ਸਮਾਜ ਦੇ ਭੈਣ ਭਰਾਵਾਂ ਨੂੰ ਪੁੱਛੀਏ, ਅਸੀਂ ਇਹਨਾਂ ਲੋਕਾਂ ਨੂੰ ਨਹੀਂ ਪੁੱਛਣਾ ਕਿਉਂ ਇਹਨਾਂ ਨੇ ਜਿਹੜੀ ਮਾਫੀ ਮੰਗ ਲਈ ਅਸੀਂ ਉਹ ਚੀਜ਼ਾਂ ਸਾਨੂੰ ਕੋਈ ਮਤਲਬ ਤੁਹਾਨੂੰ ਕਿ ਜਿਹੜੀਆਂ ਵੀ ਸਰਕਾਰਾਂ ਆ ਰਹੀਆਂ ਨੇ ਉਹ ਹਮੇਸ਼ਾ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਹੁੰਦਾ ਜਾਂਦਾ, ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੱਲ ਪਤਾ ਕੀ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਸਕਦਾ ਕਿ ਅੱਜ ਤੋਂ 2 ਸਾਲ ਪਹਿਲਾਂ ਇੱਕ ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖਿਆ ਕਿ ਤਕੜਾ ਬੰਦਾ ਤਕੜੇ ਬੰਦੇ ਦੀ ਹੀ ਬਾਂਹ ਫੜਦਾ ਕਿ ਉਹ ਇੱਕ ਦੂਸਰੇ ਦਾ ਫਾਈਨੈਂਸਰ ਬਣ ਜਾਂਦਾ ਵਾ, ਉਹ ਇੱਕ ਦੂਸਰੇ ਦੀ ਮਦਦ ਕਰ ਦਿੰਦਾ ਵਾ, ਮਗਰ ਸਾਡੇ ਗਰੀਬਾਂ ਕੋਲ ਕੀ ਹੈਗਾ? ਸਾਡੇ ਗਰੀਬਾਂ ਕੋਲ ਕੁਛ ਨਹੀਂ ਹੈਗਾ, ਸਾਡੇ ਗਰੀਬਾਂ ਕੋਲ ਸਿਰਫ ਜਿਹੜੀ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਜਿਹੜੀ ਤਾਕਤ ਦਿੱਤੀ ਆ, ਉਹ ਦਿੱਤਾ ਸਾਨੂੰ ਵੋਟ, ਜਿਹਦੇ ਕਾਰਨ ਅਸੀਂ ਰਾਜਾ ਬਣਾ ਸਕਦੇ ਹਾਂ ਅਤੇ ਜਿਹਨੂੰ ਵੀ ਚਾਹੀਏ ਰਾਜਪਾਟ 'ਤੇ ਬਹਾ ਸਕਦੇ ਹਾਂ ਅਤੇ ਜਿਹਨੂੰ ਵੀ ਚਾਹੀਏ ਰਾਜਪਾਟ ਤੋਂ ਥੱਲੇ ਲਾ ਸਕਦੇ ਹਾਂ। ਅਤੇ ਜਿਹੜੇ ਸ਼ਾਹੂਕਾਰ ਲੋਕ ਆ ਉਹ ਹਮੇਸ਼ਾ ਹੀ ਸ਼ਾਹੂਕਾਰਾਂ ਦੀ ਮਦਦ ਕਰਦੇ ਆ, ਬਲਕਿ ਸਾਡੇ ਲੋਕਾਂ ਦੀ ਮਦਦ ਨਹੀਂ ਕਰਦੇ। ਇਸ ਕਰਕੇ ਸਾਡਾ ਜਿਹੜਾ ਪੰਜਾਬ ਆ ਉਹ ਦਿਨੋਂ ਦਿਨ ਇੱਕ ਤਾਂ ਨਸ਼ੇ ਦੀ ਲਹਿਰ ਵੱਲ ਤੁਰੀ ਜਾਂਦਾ ਹੈ, ਇੱਕ ਗਰੀਬੀ ਵੱਲ ਤੁਰੀ ਜਾਂਦਾ ਵਾ। ਅਤੇ ਮੈਂ ਬੇਨਤੀ ਕਰੂੰਗਾ ਆਪਣੇ ਪੂਰੇ ਦਲਿਤ ਭਾਈਚਾਰੇ ਨੂੰ, 6,743 ਜਾਤੀਆਂ ਨੂੰ ਕਿ ਦੇਖੋ ਹੁਣ ਸਮਾਂ ਵਾ, ਇਹਨਾਂ ਲੋਕਾਂ ਨੇ ਤੁਹਾਡੇ ਕੋਲ ਘਰਾਂ ਘਰਾਂ ਦੇ ਵਿੱਚ ਇਹਨਾਂ ਨੇ ਤੁਹਾਨੂੰ ਆ ਕੇ ਇਹੋ ਹੀ ਗੱਲ ਕਹਿਣੀ ਆ ਕਿ ਤੁਸੀਂ ਸਾਡੀਆਂ ਮਾਵਾਂ, ਤੁਸੀਂ ਸਾਡੀਆਂ ਭੈਣਾਂ, ਤੁਸੀਂ ਸਾਡੇ ਭਰਾ 'ਤੇ ਬਹਿ ਜਾਣਾ ਵਾ, ਫਿਰ ਇਹਨਾਂ ਲੋਕਾਂ ਨੂੰ ਅਸੀਂ ਕੀੜੇ ਮਕੌੜੇ ਨਜ਼ਰ ਆਉਣਾ ਵਾ, ਫਿਰ ਸਾਡੇ ਲੋਕਾਂ ਦੇ ਵਿੱਚ ਇਹਨਾਂ ਨੂੰ ਇਹ ਗੈਂਗਸਟਰ ਨਜ਼ਰ ਆਉਣੇ ਆ, ਸਾਡੇ ਵਿੱਚ ਹੀ ਇਹਨਾਂ ਨੂੰ ਛੁਰੀਮਾਰ ਨਜ਼ਰ ਆਉਣੇ ਆ, ਸਾਡੇ ਵਿੱਚ ਹੀ ਇਹਨਾਂ ਨੂੰ ਚੈਨੀ ਚੋਰ ਨਜ਼ਰ ਆਉਣੇ ਆ। ਅੱਜ ਸਾਡੇ ਇਲਾਕਿਆਂ 'ਚ ਜਿਹੜਾ ਨਸ਼ਾ ਵਾ ਉਹ ਇਹਨਾਂ ਸਾਰਿਆਂ ਦੀ ਬਦੌਲਤ ਆ, ਇਹ ਲੀਡਰਾਂ ਦੀ ਬਦੌਲਤ ਆ। ਜੇ ਤਾਂ ਪੁਲਿਸ ਚਾਹੇ ਇੱਕੋ ਦਿਨ 'ਚ ਨਸ਼ਾ ਬੰਦ ਕਰ ਸਕਦੀ ਆ, ਇਹ ਨਾਲ ਖੁਦ ਹੋ ਕੇ ਹੀ ਜਿਹੜਾ ਇਹ ਚੀਜ਼ ਦਾ ਵਪਾਰ ਜਿਹੜਾ ਵਾ ਲਗਾਤਾਰ ਹੋ ਰਿਹਾ ਵਾ, ਨਹੀਂ ਤਾਂ ਪ੍ਰਸ਼ਾਸਨ ਔਰ ਜਿਹੜਾ ਲੀਡਰ ਚਾਹਣ ਅਤੇ ਇੱਕ ਦਿਨ 'ਚ ਜਿਹੜਾ ਨਸ਼ਾ ਬੰਦ ਹੋ ਸਕਦਾ ਹੈ। ਸੁਮਿਤ ਜੀ, ਇਹ ਜਿਹੜਾ ਤੁਸੀਂ ਕਹਿ ਰਹੇ ਜੇ ਕਿ ਗੁਰਜੀਤ ਔਜਲਾ ਜੀ ਨੇ ਇੱਕ ਦਲਿਤ ਸਮਾਜ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ ਸੀ ਉਹ ਮਾੜੀ ਆ, ਪਰ ਉਸ ਟਾਈਮ 'ਤੇ ਉਹਨਾਂ ਨੇ ਮਾਫੀ ਮੰਗ ਲਈ ਸੀ, ਉਹਨਾਂ ਨੇ ਕਿਹਾ ਸੀ ਮੇਰੀ ਇਹ ਵੀ ਮਨਸ਼ਾ ਨਹੀਂ ਹੈਗੀ ਮੈਂ ਕਿ ਮਤਲਬ ਦਲਿਤ ਸਮਾਜ ਦੇ ਬਾਰੇ ਇਸ ਤਰ੍ਹਾਂ ਮੇਰੇ ਮੂੰਹੋਂ ਨਿਕਲ ਗਿਆ, ਮੇਰੀ ਮਨਸ਼ਾ ਨਹੀਂ। ਦੇਖੋ ਇਹ ਚੀਜ਼ ਦੀ ਤੁਸੀਂ ਗੱਲ ਕਰਦੇ ਪਏ, ਆਪਾਂ ਇਹ ਚੀਜ਼ ਨੂੰ ਤੁਹਾਨੂੰ ਦੱਸਦੇ ਹਾਂ ਕਿ ਕਹਿੰਦੇ ਕਿਸੇ ਨਾ ਇਹ ਸਾਰੇ ਦਿਨ ਦੇ ਵਿੱਚ ਇੱਕ ਟਾਈਮ ਦੇ ਵਿੱਚ ਪਰਮਾਤਮਾ ਦੀ ਜਿਹੜਾ ਵਾ ਨਾ ਜ਼ੁਬਾਨ ਜਿਹੜੀ ਸਾਡੀ ਜ਼ੁਬਾਨ ਦੇ ਉੱਤੇ ਆ ਸਰਸਵਤੀ ਆ ਜਾਂਦੀ ਆ, ਉਹ ਸਮੇਂ ਦੇ ਪ੍ਰਤੀ ਇਹਨਾਂ ਬੰਦਿਆਂ ਨੇ ਜਿਹੜੀ ਹੈ ਨਾ ਗੱਲ ਕਰਤੀ, ਜੋ ਇਹਨਾਂ ਦੇ ਮਨ ਦੇ ਅੰਦਰ ਹੈਗਾ ਸੀ ਨਾ ਉਹਨਾਂ ਨੇ ਮੀਡੀਆ ਰਾਹੀਂ ਆਪਣੇ ਦਿਲ ਦਾ ਜਿਹੜਾ ਨਾ ਸਾਡੇ ਬਾਰੇ ਜਿਹੜੀ ਸਾਡੀ ਜੋ ਇੱਜ਼ਤ ਆ ਇਹਨਾਂ ਦੀ ਨਜ਼ਰਾਂ ਦੇ ਵਿੱਚ ਉਹ ਇਹਨਾਂ ਨੇ ਬਿਆਨ ਕੀਤੀ ਆ। ਬਲਕਿ ਇਹ ਨਾ ਕਹੋ ਹੁਣ ਮਾਫੀ ਦੇ, ਦੇਖੋ ਜਿਹੜਾ ਬੰਦਾ ਅੱਜ ਕਿੰਨੇ ਲੋਕ ਆ ਗਲਤੀ ਕਰਕੇ ਮਾਫੀ ਮੰਗਦੇ ਆ, ਠੀਕ ਹੈ ਜੀ, ਮਗਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ 'ਤੇ ਅਵੇਅਰ ਹੋਣਾ ਚਾਹੀਦਾ ਨਾ, ਇੱਦਾਂ ਤਾਂ ਜਿਹੜਾ ਮਰਜ਼ੀ ਗਲਤੀਆਂ ਕਰੂਗਾ ਮਾਫੀਆਂ ਮੰਗੀ ਜਾਊਗਾ, ਮਗਰ ਅੱਜ ਫਿਰ ਸਾਡੇ ਹੀ ਸਮਾਜ ਨੂੰ ਇਹਨਾਂ ਨੂੰ ਇਹ ਸਾਡਾ ਹੀ ਸਮਾਜ ਇਹਨਾਂ ਨੂੰ ਯਾਦ ਆ ਰਿਹਾ ਵਾ। ਇਸ ਕਰਕੇ ਮੈਂ ਆਪਣੇ ਵਾਲਮੀਕਿ ਸਮਾਜ ਨੂੰ ਔਰ ਆਪਣੇ ਪੂਰੇ ਐਸੀ ਭਾਈਚਾਰੇ ਨੂੰ 6,743 ਜਾਤੀਆਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਵਾ ਇਹ ਜਿਹੜੇ ਮਾਨਸਿਕ ਤੌਰ 'ਤੇ ਜਿਹੜੇ ਲੋਕ ਸਾਡੇ ਸਮਾਜ ਨੂੰ ਮਾੜਾ ਕਹਿੰਦੇ ਨੇ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਮਨੁਸਿਮ੍ਰਿਤੀ ਹੈਗੀ ਆ, ਜਿਨ੍ਹਾਂ ਦੇ ਦਿਮਾਗ ਦੇ ਵਿੱਚ
ਜਾਤੀਵਾਦ ਹੈਗਾ ਵਾ, ਇਹੋ ਜਿਹੇ ਲੋਕਾਂ ਕੋਲ ਅਸੀਂ ਬਚਣਾ ਵਾ ਔਰ ਇਹਨਾਂ ਲੋਕਾਂ ਦਾ ਹੀ ਬਾਈਕਾਟ ਕਰਨਾ ਵਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੁੱਦੇ, ਮਤਲਬ ਜਿਹੜੇ ਮੁੱਦੇ ਤੁਸੀਂ ਰੱਖੇ ਕਿੰਨੇ ਕੁ ਪਾਸ ਹੋਏ ਅੱਜ ਤੱਕ? ਦੇਖੋ ਜੀ, ਬਾਬਾ ਸਾਹਿਬ ਅੰਬੇਡਕਰ ਨੇ ਬੜਾ ਕੁਛ ਸਾਨੂੰ ਦਿੱਤਾ ਵਾ, ਠੀਕ ਹੈ ਜੀ। ਸੈਂਟਰ ਸਰਕਾਰ ਆ ਉਹ ਦਲਿਤ ਭਾਈਚਾਰੇ ਨੂੰ ਖਾਈ ਜਾ ਰਹੀ ਆ, ਅਤੇ ਪੰਜਾਬ ਸਰਕਾਰ ਆ ਉਹ ਵੀ ਰਲ ਮਿਲ ਕੇ ਇਹਨਾਂ ਦੇ ਨਾਲ ਖਾ ਰਹੀ ਆ। ਜਦੋਂ 2 ਸਾਲ ਪਿੱਛੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਸੀ, ਲੋਕਡਾਊਨ ਦੇ ਵਿੱਚ ਕਦੀ ਇਹਨਾਂ ਲੋਕਾਂ ਨੇ ਸਾਡੀ ਬਾਤ ਨਹੀਂ ਪੁੱਛੀ। ਲੋਕਡਾਊਨ ਦੇ ਵਿੱਚ ਕਦੀ ਵੀ ਇਹਨਾਂ ਨੇ ਸਾਡੇ ਘਰਾਂ 'ਚ ਆ ਕੇ ਸਾਡੇ ਧੀਆਂ ਪੁੱਤਰਾਂ ਨੂੰ ਨਹੀਂ ਪੁੱਛਿਆ, ਸਾਡੇ ਮਾਂ ਬਾਪ ਨੂੰ ਨਹੀਂ ਪੁੱਛਿਆ ਕਿ ਤੁਹਾਡੇ ਘਰ ਰਾਸ਼ਨ ਹੈਗਾ ਵਾ, ਤੁਹਾਡੇ ਘਰ ਧੀ ਪੁੱਤਰ ਬਿਮਾਰ ਤਾਂ ਨਹੀਂ ਕੋਈ, ਅਸੀਂ ਕਿਸੇ ਦੀ ਮਦਦ ਕਰ ਸਕੀਏ। ਮਗਰ ਇਹਨਾਂ ਨੇ ਕੀ ਕੀਤਾ, ਆਪਣੇ ਘਰਾਂ ਦੇ ਲੋਕ ਲਾ ਕੇ ਔਰ ਆਪਣੀਆਂ ਅੱਖਾਂ 'ਤੇ ਪਰਦਾ ਪਾ ਲਿਆ ਕਿ ਦੁਨੀਆ ਸਾਡੇ ਨਜ਼ਰ ਦੇ ਵਿੱਚ ਨਹੀਂ ਹੈਗੀ। ਆਪਣਾ ਇਹਨਾਂ ਨੇ ਬਚਾਅ ਕੀਤਾ, ਮਗਰ ਜਿਨ੍ਹਾਂ ਲੋਕਾਂ ਨੂੰ ਕੋ ਇਹਨਾਂ ਨੇ ਵੋਟਾਂ ਲੈ ਕੇ ਰਾਜਪਾਠ 'ਤੇ ਬੈਠੇ ਉਹਨਾਂ ਲੋਕਾਂ ਨੂੰ ਤਾਂ ਇਹਨਾਂ ਨੇ 2 ਸਾਲ ਪੁੱਛਿਆ ਨਹੀਂ। ਔਜਲਾ ਜੀ ਦਾ ਹੁਣ ਕਿਸ ਤਰ੍ਹਾਂ ਵਿਰੋਧ ਕਰੋ? ਦੇਖੋ ਜੀ, ਅਸੀਂ ਆ ਔਜਲਾ ਜੀ ਦਾ ਵਿਰੋਧ ਜਿਹੜਾ ਵਾ ਅਸੀਂ ਆਪਣੇ ਸਮਾਜ ਨੂੰ ਕਹਿ ਰਹੇ ਹਾਂ, ਅਸੀਂ ਆਪਣੇ ਸਮਾਜ ਨੂੰ ਜਿਹੜੀ ਬੇਨਤੀ ਕਰਦੇ ਪਏ ਹਾਂ ਕਿ ਜਿਹੜਾ ਵਾ ਇਸ ਚੀਜ਼ ਤੋਂ ਅਵੇਅਰ ਹੋਣਾ ਵਾ ਕਿ ਇਹ ਬੰਦਾ ਜਿਹੜਾ ਵਾ ਸੋਚ ਮਾੜੀ ਰੱਖਦਾ ਵਾ ਸਾਡੀ ਬਰਾਦਰੀ ਵਾਸਤੇ, ਸਾਡੇ ਦਲਿਤ ਭਾਈ ਬਾਰੇ ਵਾਸਤੇ ਜਿਹੜਾ ਵਾ ਉਹ ਸੋਚ ਮਾੜੀ ਰੱਖਦਾ ਵਾ। ਅਸੀਂ ਇਸ ਚੀਜ਼ ਤੋਂ ਜਿਹੜਾ ਵਾ ਇਸ ਚੀਜ਼ ਨੂੰ ਅਸੀਂ ਨਕਾਰਾਂਗੇ ਔਰ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਬੰਦਿਆਂ ਦਾ ਬਾਈਕਾਟ ਕਰੋ। ਅਸੀਂ ਬਹੁਤ ਜਲਦੀ ਜਿਹੜੀ ਆ ਉਹ ਇੱਕ ਪੰਜਾਬ ਲੈਵਲ ਦੀ ਜਿਹੜੀ ਮੀਟਿੰਗ ਕਰਨ ਜਾ ਰਹੇ ਹਾਂ ਔਰ ਇੱਕ ਬਹੁਤ ਵੱਡੇ ਉੱਤੇ ਪੱਧਰ ਦੇ ਉੱਤੇ ਜਿਹੜੀ ਪੰਜਾਬ ਲੈਵਲ ਦੀ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਾਂ ਕਿ ਸਾਡਾ ਜਿਹੜਾ ਸਮਾਜ ਇਸ ਚੀਜ਼ ਦਾ ਪੂਰਾ ਬਾਈਕਾਟ ਕਰੇਗਾ। ਜੈ ਵਾਲਮੀਕੀ, ਜੈ ਭੀਮ, ਜੈ ਭਾਰਤ। ਅੱਜ ਜਿਹੜੀ ਮੀਟਿੰਗ ਇੱਥੇ ਬੁਲਾਈ ਗਈ ਆ ਸਾਡੇ ਵੀਰ ਨੇ ਸੁਮਿਤ ਕਾਲੀ ਨੇ, ਇਸ ਭਰਾ ਨੇ ਚਲੋ ਸਾਨੂੰ ਵੀ ਬੁਲਾਇਆ ਵੀ ਤੁਸੀਂ ਵੀ ਆਓ, ਆਪਣੇ ਜਿਹੜੇ ਵੀ ਤੁਹਾਨੂੰ ਵਿਚਾਰ ਆ ਚੰਗੇ ਲੱਗਦੇ ਆ, ਅਸੀਂ ਇਸ ਮੁੱਦੇ 'ਤੇ ਮੀਟਿੰਗ ਜਿਹੜੀ ਕਰਨੀ ਹੈ ਆ ਵੋਟਿੰਗ ਦੀ, ਦੇਖੋ ਕਿਉਂਕਿ ਇਹ ਜਿਹੜਾ ਦੌਰ ਚੱਲ ਰਿਹਾ ਆ ਲੀਡਰ ਦਾ, ਇਸ ਕਰਕੇ ਲੀਡਰ ਚਲੋ ਸਾਰਿਆਂ ਨੇ ਆਉਣਾ ਆ, ਬੜੀ ਭੱਜ ਦੌੜ ਚੱਲ ਰਹੀ ਹੈ ਇਸ ਵਕਤ ਸਾਰਿਆਂ ਨੂੰ ਹੁੰਦਾ, ਬਾਅਦ 'ਚੋਂ ਕੋਈ ਪੁੱਛੇ ਨਾ ਪੁੱਛੇ, ਕਿਉਂਕਿ 5 ਸਾਲ ਸਾਰਿਆਂ ਨੇ ਆਪੋ ਆਪਣੇ ਆਲ੍ਹਣਿਆਂ 'ਚ ਜਾ ਕੇ ਨਾ ਵੜ ਜਾਣਾ ਆ, ਮੁੜ ਕੇ ਤੁਸੀਂ ਇਹਨਾਂ ਦੇ ਮਗਰ ਮਗਰ, ਹੁਣ ਇਹਨਾਂ ਨੇ ਤੁਹਾਡੇ ਮਗਰ ਮਗਰ। ਇਸ ਕਰਕੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਹਾਂ, ਚਲੋ ਸਾਡੇ ਅਸੀਂ ਭਰਾ ਦੇ ਵਿਚਾਰਾਂ ਨਾਲ ਸਹਿਮਤ ਹਾਂ, ਕਿਉਂਕਿ ਹੁਣ ਜਿਹੜੀ ਤੁਸੀਂ ਵੋਟ ਪਾਉਣੀ ਆ ਉਹ ਆਪਣੀ ਸੋਚ ਸਮਝ ਕੇ ਪਾਓ ਕਿ ਤੁਹਾਨੂੰ ਕਿਹੜਾ ਲੀਡਰ ਚੰਗਾ ਲੱਗਦਾ ਕਿਹੜਾ ਨਹੀਂ ਚੰਗਾ ਲੱਗਦਾ, ਔਰ ਇੱਕਜੁੱਟ ਸਮਾਜ ਨਾਲ ਹੋ ਕੇ ਵਿਚਾਰ ਵਟਾਂਦਰਾ ਕਰਕੇ ਅਤੇ ਉਸ ਟੌਪਿਕ 'ਤੇ ਚੱਲੋ ਵੀ ਜਿੱਥੇ ਤੁਹਾਡੀ ਇੱਕ ਪਹਿਚਾਣ ਬਣ ਜੇ ਵੀ ਇਹ ਸਮਾਜ ਦੀ ਕੋਈ ਬੜੀ ਪਾਵਰ ਆ, ਹੈਸੀਅਤ ਆ ਵੀ ਇਹ ਜਿੱਧਰ ਨੂੰ ਵੀ ਇੱਕ ਪਾਸਾ ਲੇਅਰ ਕਰਦੇ ਉਸੇ ਪਾਸੇ ਨੂੰ ਪਲਟ ਕੇ ਰੱਖ ਦਿੰਦੀ ਆ, ਅਤੇ ਜੇ ਤੁਸੀਂ ਇਕੱਲੇ ਇਕੱਲੇ ਚੱਲੋਗੇ ਤਾਂ ਫਿਰ ਜਿਹੜਾ ਦੌਰ ਆ ਉਹ ਤੁਹਾਡਾ ਖਤਮ ਹੋਊਗਾ, ਅਤੇ ਜੇ ਸਮਾਜ ਇੱਕਜੁੱਟ ਹੋ ਕੇ ਚੱਲਦਾ ਆ ਤਾਂ ਪਾਵਰ ਸਟਰੋਂਗ ਹੋ ਜੂਗੀ, ਦੁੱਗਣੀ ਪਾਵਰ ਤੁਹਾਡੀ ਹੋ ਜੂਗੀ। ਇਹ ਨਹੀਂ ਹੋਊਗਾ ਵੀ ਕੋਈ 4 ਕਿੱਧਰ ਚੱਲ ਗਏ 4 ਕਿੱਧਰ ਚੱਲ ਗਏ। ਅਤੇ ਮੈਂ ਚਲੋ ਸੁਮਿਤ ਕਾਲੀ ਜੀ ਨਾਲ ਸਹਿਮਤ ਹਾਂ, ਇਹਨਾਂ ਨੇ ਜੋ ਵੀ ਵਿਚਾਰ ਦਿੱਤੇ ਆ ਠੀਕ, ਇਸ ਵਿਚਾਰ 'ਤੇ ਸੋਚਣਾ ਚਾਹੀਦਾ, ਆਪਣਾ ਦਿਮਾਗ ਲੜਾਉਣਾ ਚਾਹੀਦਾ ਸਾਡੇ ਸਮਾਜ ਨੂੰ ਵੀ ਅਸੀਂ ਕਿਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਨਹੀਂ ਚੱਲਣਾ। ਪਰ ਜਿਹੜਾ ਹੁਣ ਵੋਟਾਂ ਦਾ ਦੌਰ ਚੱਲ ਰਿਹਾ ਆ ਇਸ 'ਤੇ ਸਾਰੇ ਹੀ ਲੀਡਰਾਂ ਨੇ ਢਾਡਿਆਂ ਲਾਉਣਾ ਆ, ਭੱਜ ਦੌੜ ਕਰਨੀ ਆ, ਔਰ ਆਪਣੀ ਤੁਸੀਂ ਵੋਟ ਜਿਹੜੀ ਆ ਉਹ ਸੋਚ ਸਮਝ ਕੇ ਪਾਓ।